ਹੈਲੋ ਹਾਂਜੀ ਹੋਰ ਜੀ ਕਿਵੇਂ ਹੋਈ ਸਾਰੇ ਵਧੀਆ ਜੀ ਠੀਕ ਠਾਕ ਹੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਤੁਹਾਨੂੰ ਅਪਡੇਟ ਦਈਏ ਜਿਹੜੇ ਕਿ ਕੋਵਿਡ-19 ਦੇ ਨਾਲ ਜਿਹੜੇ ਅੱਜ ਲੋਕਾਂ ਦੀ ਡੈਥ ਹੋਈ ਹੈ ਤੇ ਅੱਜ ਕਿੰਨੇ ਨਿਊ ਕੇਸ ਐਂਟਰ ਹੋਏ ਆ ਉਹਦੇ ਬਾਰੇ ਤੁਹਾਨੂੰ ਅਪਡੇਟ ਦਿੰਦੇ ਆ ਤੇ ਅੱਜ 21267 ਨਵੇਂ ਕੇਸ ਐਂਟਰ ਹੋਏ ਆ ਤੇ ਜਿਹੜੀ ਡੈਥ ਹੋਈ ਹੈ ਲੋਕਾਂ ਦੀ 460 ਲੋਕਾਂ ਦੀ ਡੈਥ ਹੋਈ ਹੈ ਤੇ ਹੁਣ ਤੱਕ ਇਟਲੀ ਦੇ ਵਿੱਚ 16339 ਬੰਦੇ ਦੀ ਡੈਥ ਹੋ ਚੁੱਕੀ ਆ ਤੇ ਟੋਟਲ ਕੇਸਾਂ ਦੀ ਗੱਲ ਕਰੀ ਜੀ 34,40,862 ਕੇਸ ਹੋ ਚੁੱਕੇ ਆ ਜੀ ਟੋਟਲ ਤੇ ਇਹਦੇ ਵਿੱਚੋਂ ਜਿਹੜੇ ਠੀਕ ਹੋਏ ਆ ਬੰਦੇ 27,73,215 ਬੰਦਾ ਠੀਕ ਵੀ ਹੋ ਚੁੱਕੇ ਆ ਤੇ ਗੱਲ ਕਰੀ ਜੀ ਆਪਾਂ ਐਕਟਿਵ ਕੇਸਾਂ ਦੀ ਤੇ ਇਸ ਟਾਈਮ ਜਿਹੜੇ ਬੰਦੇ ਪੋਜ਼ਿਟਿਵ ਆ ਇਟਲੀ ਦੇ ਵਿੱਚ ਉਹ ਹੈਗੇ ਆ 5,61,308 ਬੰਦਾ ਇਸ ਟਾਈਮ ਵੀ ਇਟਲੀ ਦੇ ਵਿੱਚ ਪੋਜ਼ਿਟਿਵ ਆ ਤੇ ਜਿਹੜੇ ਆਈ ਸੀ ਯੂ ਦੇ ਵਿੱਚ ਆ ਸੀਰੀਅਸ ਕੰਡੀਸ਼ਨ ਦੇ ਵਿੱਚ ਆ ਉਹ ਹੈਗੇ ਆ 3588 ਬੰਦਾ ਹੀ 3588 ਬੰਦਾ ਜਿਹੜੇ ਕਿ ਸੀਰੀਅਸ ਕੰਡੀਸ਼ਨ ਦੇ ਵਿੱਚ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆਈ ਲਾਈਕ ਜਰੂਰ ਕਰੇ ਕਰੋ ਇਹ ਸ਼ੇਅਰ ਤੇ ਲਾਈਕ ਤੇ ਸ਼ੇਅਰ ਜਰੂਰ ਕਰੇ ਕਰੋ ਤੇ ਹਜੇ ਤੱਕ ਜੇ ਤੁਸੀਂ ਚੈਨਲ ਤੇ ਨਵੇਂ ਆਈ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਜਿਹੜੀਆਂ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੇ ਕਰੋ ਇਹ ਦੱਸ ਇਹਦੇ ਨਾਲ ਪਤਾ ਲੱਗਦਾ ਵੀ ਤੁਹਾਨੂੰ ਵੀਡੀਓ ਕਿੰਨੀ ਕੁ ਆਪਣੀ ਸਹੀ ਲੱਗਦੀ ਹੈ ਤੇ ਕਿੰਨੀ ਕੁ ਨਹੀਂ ਸਹੀ ਲੱਗਦੀ ਆਪਣਾ ਜ਼ਰੂਰ ਜਿਹੜੀ ਵੋਟ ਜ਼ਰੂਰ ਦਈ ਕਰੋ ਜੇ ਤੁਹਾਨੂੰ ਵਧੀਆ ਲੱਗਦੀ ਹੈ ਵੀਡੀਓ ਤਾਂ ਲਾਈਕ ਇੱਕ ਜ਼ਰੂਰ ਦਈ ਕਰੋ ਇਹਦੇ ਨਾਲ ਇੱਕ ਤਰ੍ਹਾਂ ਦਾ ਕੰਫੀਡੈਂਸ ਵੱਧਦਾ ਤੇ ਜੇ ਤੁਹਾਨੂੰ ਨਹੀਂ ਸਹੀ ਲੱਗਦੀ ਤਾਂ ਡੇਸ ਲਾਈਕ ਦੇ ਦੇ ਕਰੋ ਇਹਦੇ 'ਚ ਕੋਈ ਨਹੀਂ ਬਸ ਆਪਣਾ ਹੀ ਤੁਸੀਂ ਰਿਸਪੌਂਸ ਜ਼ਰੂਰ ਦਈਏ ਕਰੋ ਜੇ ਤੁਹਾਨੂੰ ਸਹੀ ਲੱਗਦੀ ਹੈ ਤਾਂ ਲਾਈਕ ਵੀਡੀਓ ਨੂੰ ਜ਼ਰੂਰ ਕਰੇ ਕਰੋ ਤੇ ਇਸ ਤੋਂ ਬਾਅਦ ਇਹ ਗੱਲ ਕਰੀਏ ਜਰਮਨ ਦੀ ਤਾਂ ਜਰਮਨ ਦੇ ਵਿੱਚ ਅੱਜ ਜਿਹੜੇ ਨਿਊ ਕੇਸ ਐਂਟਰ ਹੋਏ ਆਈ 3413 ਕੇਸ ਤਕਰੀਬਨ ਹੀ ਸਵੇਕ 6 ਵਜੇ ਤੱਕ ਰਾਂ ਐਂਟਰ ਹੋਏ ਆ ਤੇ ਅੱਜ ਜਿਹੜੀ ਲੋਕਾਂ ਦੀ ਡੈਥ ਹੋਈ ਆਈ 53 ਲੋਕਾਂ ਦੀ ਡੈਥ ਹੋਈ ਆ ਤੇ ਲੋਕਡਾਊਨ ਦੀ ਗੱਲ ਕਰੀਏ ਜਿਵੇਂ ਹੁਣ ਜਰਮਨ ਦੇ ਵਿੱਚ ਜਿਹੜਾ ਲੋਕਡਾਊਨ ਚੱਲ ਰਿਹਾ ਯੋਨੋ 18 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਹੀ ਹੁਣ 18 ਅਪ੍ਰੈਲ ਤੱਕ ਕਰ ਦਿੱਤਾ ਗਿਆ ਹੀ ਲੋਕਡਾਊਨ ਵੀ ਜਿਹੜੇ ਰੂਲ ਰੈਗੂਲੇਸ਼ਨ ਆਈ ਉਹ ਹੁਣ 18 ਅਪ੍ਰੈਲ ਤੱਕ ਲਾਗੂ ਰਹਿਣਗੇ ਤੇ ਹੁਣ ਤੱਕ ਜਰਮਨ ਦੇ ਵਿੱਚ ਹੀ ਕੋਵਿਡ ਦੇ ਕਰਕੇ 75761 ਲੋਕਾਂ ਦੀ ਡੈਥ ਹੋ ਚੁੱਕੀ ਆ ਤੇ ਜਿਹੜੇ ਇਸ ਟਾਈਮ ਹੀ ਐਕਟਿਵ ਕੇਸ ਆ ਤਾਂ 173557 ਕੇਸ ਹੀ ਜਰਮਨ ਦੇ ਵਿੱਚ ਐਕਟਿਵ ਆ ਤੇ ਹੁਣ ਇਸ ਤੋਂ ਬਾਅਦ ਚਲਦੇ ਆਂ ਜੀ ਆਪਾਂ ਨੈਕਸਟ ਅਪਡੇਟ ਵੱਲ ਕੁਝ ਵੀਰਾਂ ਦੇ ਜਿਹੜੇ ਮੈਸੇਜ ਆਉਂਦੇ ਆਂ ਇਹ ਵੀ ਜਿਵੇਂ ਆਪਾਂ ਹੁਣ ਰੈੱਡ ਜ਼ੋਨ ਦੇ ਵਿੱਚ ਆ ਜਿਵੇਂ ਰੈੱਡ ਜ਼ੋਨ ਦੇ ਵਿੱਚ ਆਪਾਂ ਆਪਣੀ ਦੂਸਰੀ ਕੰਟਰੀ ਜਿਵੇਂ ਕਿ ਪਾਕਿਸਤਾਨ ਹੋਇਆ ਇੰਡੀਆ ਹੋਇਆ ਤਾਂ ਆਪਾਂ ਜਾ ਸਕਦੇ ਹਾਂ ਜਿ ਆਪਾਂ ਨੂੰ ਕੋਈ ਐਦਾਂ ਰੋਕਟੋਕ ਨਹੀਂ ਹੈਗੀ ਵੀ ਜੇ ਆਪਾਂ ਰੈੱਡ ਜ਼ੋਨ ਦੇ ਵਿੱਚ ਵੀ ਆਪਾਂ ਜਾ ਨਹੀਂ ਸਕਦੇ ਤਾਂ ਤੁਹਾਨੂੰ ਕੋਈ ਵੀ ਐਦਾਂ ਕੰਟਰੀ ਓਟ ਕਰਨ ਦੇ ਵਿੱਚ ਰੋਕਟੋਕ ਨਹੀਂ ਹੈਗੀ ਬਸ ਜਿਹੜੇ ਤੁਹਾਨੂੰ ਰੂਲਸ ਆਈ ਉਹ ਤੁਸੀਂ ਫਾਲੋ ਕਰਨੇ ਆ ਜਿਵੇਂ ਕਿ ਤੁਸੀਂ ਦੂਸਰੀ ਕੰਟਰੀ ਦੇ ਵਿੱਚ ਜਦੋਂ ਜਾਣਾ ਹੈ ਤਾਂ ਹੀ ਤੁਹਾਡੇ ਕੋਲ ਜਿਹੜੀ ਕਰੋਨਾ ਵਾਇਰਸ ਦੀ ਜਿਹੜੀ ਰਿਪੋਰਟ ਆਈ ਉਹ ਹੋਣੀ ਚਾਹੀਦੀ ਆ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਆ ਜੇ ਜਦੋਂ ਤੁਸੀਂ ਇਟਲੀ ਦੇ ਵਿੱਚ ਵਾਪਸ ਆਉਣਾ ਤਾਂ ਯਾਦ ਰੱਖੋ ਕਿ ਤੁਹਾਨੂੰ ਆ ਕੇ 14 ਦਿਨ ਦੇ ਕਵਾਰੈਂਟੇਨ ਦੇ ਵਿੱਚ ਰਹਿਣਾ ਪੈਣਾ ਤੇ ਆਪਣੀ ਜਿਹੜੀ ਰਿਪੋਰਟ ਆਈ ਕੋਵਿਡ-19 ਵਾਲੀ ਤੁਹਾਡੀ ਉਹ ਰਿਪੋਰਟ ਵੀ ਜਦੋਂ ਤੁਸੀਂ ਇੰਡੀਆ ਤੇ ਚੜ੍ਹਨਾ ਹੈ ਜਾਂ ਫਿਰ ਪਾਕਿਸਤਾਨ ਤੇ ਚੜ੍ਹਨਾ ਤਾਂ ਜਿਹੜੀ ਥੋੜੀ ਰਿਪੋਰਟ ਆਈ ਉਹ ਤੁਹਾਡੇ ਕੋਲ ਹੋਣੀ ਚਾਹੀਦੀ ਆ ਜੀ 네ਗੇਟਿਵ ਰਿਪੋਰਟ ਹੋਣੀ ਚਾਹੀਦੀ ਆ ਤੇ ਜਦੋਂ ਤੁਸੀਂ ਉਰੇ ਇਟਲੀ ਦੇ ਵਿੱਚ ਐਂਟਰ ਕਰਨਾਈ ਤੁਸੀਂ ਆ ਕੇ ਆਪਣੇ ਫੈਮਿਲੀ ਡਾਕਟਰਾਈ ਜਿਹੜਾ ਤੁਹਾਡਾ ਜਿਵੇਂ ਹਰੇਕ ਉਰੇ ਇਟਲੀ ਦੇ ਵਿੱਚ ਜਿਹੜੇ ਫੈਮਿਲੀ ਡਾਕਟਰ ਹੁੰਦੇ ਆ ਤਾਂ ਉਹਨੂੰ ਤੁਸੀਂ ਆਪਣੇ ਡਾਕਟਰ ਨੂੰ ਦੱਸਣਾ ਤੇ ਆਜ਼ਲ ਆਜ਼ਲ ਵਾਲਿਆਂ ਨੂੰ ਵੀ ਜਰੂਰ ਕਨਫਰਮ ਕਰਨਾ ਤੇ ਆਪਣਾ ਹੀ ਤੁਸੀਂ ਜਿਵੇਂ ਜਿਹੜਾ ਕਿ 14 ਦਿਨ ਦਾ ਕਵਾਰੈਂਟ ਐ ਪੂਰਾ ਕਰਨਾ ਹੈ ਤੇ ਹੁਣ ਇਸ ਤੋਂ ਬਾਅਦ ਚਲਦੇ ਆਂ ਜੀ ਆਪਾਂ ਨੈਕਸਟ ਅਪਡੇਟ ਵੱਲ ਜਿਹੜੀ ਕਿ ਅਗਲੀ ਖਬਰ ਆਈ ਉਹ ਹੈਗੀ ਆ ਬਰੇਸ਼ੀਆ ਤੋਂ ਤੇ ਬਰੇਸ਼ੀਆ ਦੇ ਵਿੱਚ ਇੱਕ ਅਫਰੀਕਾ ਦੇ ਨੌਜਵਾਨ ਮੁੰਡਾ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੀ ਦੀ ਉਮਰ ਆਈ ਉਹ 26 ਸਾਲ ਇਹਦੀ ਉਮਰ ਦੱਸੀ ਜਾ ਰਹੀ ਹੈ ਜੀ ਜਿਹੜਾ ਇਹਨੂੰ ਅਰੈਸਟ ਕੀਤਾ ਗਿਆ ਇਹ ਇਹ ਡਰੱਗਸ ਵੇਚਦਾ ਸੀਗਾ ਸਟੇਸ਼ਨ ਦੇ ਨੇੜੇ ਤੇੜੇ ਬਰੇਸ਼ੀਆ ਜਿਹੜਾ ਸਟੇਸ਼ਨ ਆ ਤਾਂ ਉਹ ਉੱਥੇ ਨੇੜੇ ਤੇੜੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਜੀ ਬਿਨਾਂ ਕਿਸੇ ਪ੍ਰਵਾਹ ਤੋਂ ਵੀ ਡਰੱਗਸ ਵੇਚ ਰਿਹਾ ਸੀਗਾ ਤੇ ਇਹਦੇ ਕੋਲ ਤੇ ਜਿਹੜੀ ਡਰੱਗਸ ਬਰਾਮਦ ਹੋਈ ਹੈ 120 ਗ੍ਰਾਮ ਇਹਦੇ ਕੋਲ ਤੇ ਜਿਹੜੀ ਡਰੱਗਸ ਬਰਾਮਦ ਕੀਤੀ ਗਈ ਹੈ ਤੇ ਹੁਣ ਪੁਲਿਸ ਦੀ ਕਾਰਵਾਈ ਚੱਲ ਰਹੀ ਆ ਤੇ ਇਸ ਤੋਂ ਬਾਅਦ ਚਲਦੇ ਆਂ ਜੀ ਆਪਾਂ ਨੈਕਸਟ ਅਗਲੀ ਅਪਡੇਟ ਵੱਲ ਜਿਹੜੀ ਕਿ ਅਗਲੀ ਅਪਡੇਟ ਆਈ ਪਿਛਲੇ 3 ਵੀਕ ਤੋਂ ਜਿਵੇਂ ਯੂਰਪ ਦੀਆਂ ਜਿਹੜੀਆਂ ਕੰਟਰੀਆਂ ਆਈ ਉਹਨਾਂ ਦੇ ਵਿੱਚ ਕੇਸ ਵਧਿਆ ਆਈ 34% ਕੇਸ ਜਿਹੜੇ ਕੋਵਿਡ-19 ਦੇ ਜਿਹੜੇ ਕੇਸ ਆ ਇਹੋ ਵਧੇ ਆ ਪਿਛਲੇ 3 ਵੀਕ ਦੇ ਵਿੱਚ ਸਾਰੀਆਂ ਜਿਹੜੀਆਂ ਯੂਰਪ ਦੀਆਂ ਕੰਟਰੀਆਂ ਤੇ ਜ਼ਿਆਦਾਤਰ ਜਿਹੜੇ ਕੇਸ ਪਾਏ ਜਾ ਰਹੇ ਆ ਵੀ ਜਿਹੜਾ ਯੂਕੇ ਦਾ ਨਿਊ ਵਾਇਰਸ ਆਈ ਜਿਹੜਾ ਯੂਕੇ ਦੇ ਵਿੱਚ ਨਿਊ ਵਾਇਰਸ ਪਾਇਆ ਗਿਆਈ ਵੇਰੀਐਂਟ ਵਾਇਰਸ ਤਾਂ ਉਹਦੇ ਜਿਹੜੇ ਕੇਸ ਆ ਇਹੋ ਜ਼ਿਆਦਾ ਪਾਏ ਜਾ ਰਹੇ ਆ ਵੀ ਜਿਹੜੇ ਹੁਣ ਪਿਛਲੇ 3 ਵੀਕ ਦੇ ਵਿੱਚ ਕੇਸ ਵਧੇ ਆ ਤੇ ਹੁਣ ਇਸ ਤੋਂ ਬਾਅਦ ਚੱਲਦੇ ਆਂ ਜੀ ਆਪਾਂ ਅਗਲੀ ਖਬਰ ਵੱਲ ਜਿਹੜੀ ਕਿ ਅਗਲੀ ਖਬਰ ਆਈ ਉਹ ਹੈਗੀ ਆ ਬੈਰਗਮੋ ਤੋਂ ਤੇ ਬੈਰਗਮੋ ਦੇ ਵਿੱਚ ਇੱਕ ਹੇਅਰ ਡ੍ਰੈਸਸ ਹੇਅਰ ਕਟਿੰਗ ਵਾਲੇ ਨੂੰ ਜੁਰਮਾਨਾ ਕੀਤਾ ਗਿਆ ਜੁਰਮਾਨਾ ਹੋਇਆ ਜੀ 500 ਯਰੋ ਦਾ ਤੇ ਇਹਨੂੰ ਜੁਰਮਾਨਾ ਕਿਉਂ ਕੀਤਾ ਗਿਆ ਜੀ ਇਹ ਜਿਵੇਂ ਹੁਣ ਜਿਹੜੇ ਹੇਅਰ ਡ੍ਰੈਸਸ ਜਿਵੇਂ ਹੁਣ ਵਾਲ ਕਟਿੰਗ ਵਾਲੀਆਂ ਜਿਹੜੀਆਂ ਸ਼ਾਪਸਾਂ ਹੀ ਸਾਰੀਆਂ ਬੰਦ ਕੀਤੀਆਂ ਗਈਆਂ ਵੀ ਰੈੱਡ ਜ਼ੋਨ ਕਰਕੇ ਇਹ ਖੋਲ ਨਹੀਂ ਸਕਦੇ ਤਾਂ ਇਹ ਜਿਹੜੀ ਵਾਲ ਕਟਿੰਗ ਕਰ ਰਿਹਾ ਸੀਗਾ ਇਹੋ ਕਿਸੇ ਜਿਵੇਂ ਬਿਲਡਿੰਗ ਦੇ ਵਿੱਚ ਗਰਾਲ ਦੇ ਵਿੱਚ ਕਟਿੰਗ ਕਰ ਰਿਹਾ ਸੀਗਾ ਤੇ ਇਹਨੂੰ 500 ਰੁਪਏ ਦਾ ਜੁਰਮਾਨਾ ਕੀਤਾ ਗਿਆ ਤੇ ਜਿਹਦੇ ਵਾਲ ਕੱਟ ਹੋ ਰਹੇ ਸੀਗੇ ਉਹਨੂੰ 400 ਰੁਪਏ ਦਾ ਜੁਰਮਾਨਾ ਕੀਤਾ ਗਿਆ ਤੇ ਜਿਹੜੇ ਹੁਣ ਆਪਣੇ ਵਰਗ ਆਪਣੇ ਵਰਗੇ ਹੀ ਦੋ ਮਾਤੜ ਉਹ ਵੇਟ ਕਰ ਰਹੇ ਸੀਗੇ ਤਾਂ ਉਹਨਾਂ ਨੂੰ ਵੀ 400 400 ਰੁਪਏ ਦਾ ਜੁਰਮਾਨਾ ਕੀਤਾ ਗਿਆ ਵਿੱਚ ਉਹ ਵੀ ਮਾਝੇ ਗਏ ਤੇ ਇਹ ਜਿਹੜਾ ਹੋਇਆ ਹੀ ਸਾਰਾ ਕੁਝ ਜਿਵੇਂ ਬੈਰਗੋ ਮੁਜਲੇ ਦੇ ਵਿੱਚ ਹੋਇਆ ਤੇ ਜਿਹੜੀ ਬਿਲਡਿੰਗ ਸੀਗੀ ਜਿਹੜੀ ਪਾਰਤਾ ਮੈਂ ਤੁਹਾਨੂੰ ਦੱਸੀ ਜਾ ਰਹੀ ਆ ਤੇ ਉੱਥੇ ਦੇ ਹੀ ਕਿਸੇ ਬੰਦੇ ਨੇ ਹੀ ਪੁਲਿਸ ਜਿਹੜੀ ਲੋਕਲ ਪੁਲਿਸ ਹੁੰਦੀ ਆ ਉਹਨੂੰ ਕਾਲ ਕਰਕੇ ਦੱਸਿਆ ਵੀ ਹਾਂ ਸਾਡੇ ਇੱਥੇ ਗਰਾਲ ਦੇ ਵਿੱਚ ਵਾਲ ਕਟਿੰਗ ਕਰ ਰਹੇ ਆ ਇਹ ਲੋਕ ਤੇ ਕਿਸੇ ਨੇ ਪੁਲਿਸ ਨੂੰ ਕਨਫਰਮ ਕੀਤਾ ਤਾਂ ਪੁਲਿਸ ਜਿਹੜੀ ਮੌਕੇ ਤੇ ਪਹੁੰਚ ਕੇ ਹੀ ਪੁਲਿਸ ਨੇ ਜੁਰਮਾਨੇ ਕੀਤੇ ਆ ਵੀ ਲੋਕ ਆ ਜਿਹੜੇ ਇਹੋ ਟਲ ਨਹੀਂ ਰਹੇ ਹੈਗੇ ਵੀ ਹੁਣ ਦੇਖੋ ਜੀ ਤੁਸੀਂ ਜਿਹੜਾ 10 15 ਐਰੋ ਵਾਲਾ ਕੰਮ ਸੀਗਾ ਵੀ ਉਹ ਹੁਣ ਕਿਤੇ 4-500 ਬਾਰੇ ਵਿੱਚ ਪੈ ਗਈ ਆ ਤੇ ਹਜੇ ਤੁਸੀਂ ਆਪਣਾ ਹੀ ਜਿਹੜੇ ਰੂਲਸ ਆਈ ਉਹਨਾਂ ਨੂੰ ਫੋਲੋ ਕਰੋ ਤੇ ਇਦਾਂ ਵਿੱਚ ਬੰਦੇ ਹੀ ਮਾਜੇ ਜਾ ਰਹੇ ਆ ਵੀ ਜਿਹੜੇ ਹੁਣ ਪੁਲਿਸ ਦੀ ਸਖਤਾਈ ਆਈ ਆਈ ਉਹ ਵੀ ਕਾਫੀ ਜ਼ਿਆਦਾ ਸਖਤਾਈ ਕੱਜ ਮੁੰਡਾ ਕੰਮ ਤੇ ਮਿਲਿਆ ਸੀਗਾ ਤੇ ਉਹ ਕਹਿੰਦਾ ਸੀਗਾ ਵੀ ਮੈਂ ਤੁਰਿਆ ਜਾ ਰਿਹਾ ਸੀਗਾ ਵੀ ਮੈਨੂੰ ਤੁਰੇ ਜਾਂਦੇ ਨੂੰ ਹੀ ਪੁਲਿਸ ਪੁੱਛ ਰਹੀ ਆ ਵੀ ਹਾਂ ਵੀ ਤੂੰ ਕਿੱਥੇ ਚੱਲੇ ਆ ਤੇ ਉਹਦੇ ਪੇਪਰ ਵਗੈਰਾ ਸਾਰੇ ਚੈੱਕ ਕੀਤੇ ਗਏ ਤੇ ਉਹ ਕੰਮ ਤੇ ਜਾ ਰਿਹਾ ਸੀਗਾ ਜੀ ਆਪਣੇ ਪਿੰਡ ਦੇ ਵਿੱਚ ਹੀ ਚੈੱਕ ਹੋਇਆ ਤੇ ਪਿੰਡ ਪਿੰਡ ਦੇ ਵਿੱਚ ਹੀ ਫੈਕਟਰੀ ਸੀਗੀ ਤੇ ਥੋੜਾ ਜਿਹਾ ਹੀ ਆਪਣਾ ਧਿਆਨ ਰੱਖੋ ਜੀ ਅਲਰਟ ਰਹੋਈ ਇਦਾਂ ਬਾਹਰ ਅੰਦਰ ਨਾ ਘੁੰਮੋ ਵੀ ਜਿਹੜੀ ਹੁਣ ਚੈਕਿੰਗ ਵਗੈਰਾ ਹੀ ਕਾਫੀ ਜ਼ਿਆਦਾ ਵਧੀ ਹੋਈ ਆ ਤੇ ਹੁਣ ਇਸ ਤੋਂ ਬਾਅਦ ਹੀ ਗੱਲ ਕਰਦੇ ਆ ਆਪਾਂ ਜਿਹੜਾ ਲੇਡੀਜ਼ ਲਈ ਬੋਨਸ ਆ ਵੀ ਜਿਹੜੀਆਂ ਲੇਡੀਜ਼ ਕੰਮ ਨਹੀਂ ਕਰਦੀਆਂ ਵੀ ਜਿਹੜੀਆਂ ਕੁਝ ਪਹਿਲਾਂ ਜਿਨ੍ਹਾਂ ਨੇ ਕੰਮ ਕੀਤਾ ਹੀ ਉਹਨਾਂ ਦੇ ਲਈ ਵੀ ਬੋਨਸ ਆ ਵੀ ਜਿਨ੍ਹਾਂ ਨੇ ਪਹਿਲਾਂ ਘੱਟ ਕੰਮ ਕੀਤਾ ਤੇ ਜਿਹੜੀਆਂ ਲੇਡੀਜ਼ ਨੇ ਬਿਲਕੁਲ ਵੀ ਕੰਮ ਨਹੀਂ ਕੀਤਾ ਹੈਗਾ ਤੇ ਉਹਨਾਂ ਦੇ ਲਈ ਵੀ ਬੋਨਸ ਆ ਤੇ ਜਿਨ੍ਹਾਂ ਦੇ ਜਵਾਕ ਹੈਗੇ ਆ ਵੀ ਜਿਨ੍ਹਾਂ ਦੇ ਫੈਮਲੀ ਦੇ ਵਿੱਚ ਤੁਹਾਡੇ ਬੱਚੇ ਹੈਗੇ ਆ ਤੁਹਾਡੀ ਫੈਮਲੀ ਆ ਤਾਂ ਤੁਹਾਡੇ ਇੱਕ ਬੱਚਾ ਤਾਂ ਵੀ ਤੁਹਾਨੂੰ ਇਹ ਬੋਨਸ ਮਿਲਣਾ ਜੇ ਤੁਹਾਡੇ ਦੋ ਬੱਚੇ ਆਈ ਤਾਂ ਵੀ ਤੁਹਾਨੂੰ ਬੋਨਸ ਮਿਲਣਾ ਜੇ ਤੁਹਾਡੇ ਬੱਚਾ ਨਹੀਂ ਵੀ ਹੈਗਾਈ ਤਾਂ ਵੀ ਤੁਹਾਨੂੰ ਬੋਨਸ ਮਿਲਣਾ ਤੇ ਤੁਹਾਡਾ ਜਿਹੜਾ ਰਿਕਾਰਡ ਚੈੱਕ ਕੀਤਾ ਜਾਣਾ ਇਹੋ ਪਿਛਲਾ 2 ਮਹੀਨੇ ਤੋਂ ਲੈ ਕੇ ਹੀ ਪਿਛਲਾ 12 ਮਹੀਨੇ ਤੱਕ ਤੁਹਾਡਾ ਸਾਰਾ ਇਹਨਾਂ ਨੇ ਡਾਟਾ ਚੈੱਕ ਕਰਨਾ ਤੇ ਜਿਹੜੇ ਇਹ ਰੈਦੀ ਤੋਂ ਦੀ ਚਿਤਾ ਦੀ ਨਾਲਸਾ ਲੈ ਰਹੀਆਂ ਇਹ ਲੇਡੀਜ਼ ਤਾਂ ਉਹ ਵੀ ਇਹ ਜਿਹੜਾ ਦਮਾਂਦਾ ਹੀ ਅਪਲਾਈ ਕਰ ਸਕਦੀਆਂ ਤੇ ਇਹਦੇ ਵਿੱਚ ਜਿਹੜਾ ਈਜ਼ੀ ਰੱਖਿਆ ਗਿਆ ਜਿਹੜੀ ਰਿਕੁਆਇਰਮੈਂਟ ਰੱਖੀ ਗਈ ਆ 9360 ਰੈ ਤੋਂ ਥੋੜਾ ਜਿਹੜਾ ਈਜ਼ੀ ਆ ਇਹੋ ਘੱਟ ਹੋਣਾ ਚਾਹੀਦਾ ਹੈ ਤਕਰੀਬਨ ਇਸ ਤੋਂ ਤੱਕ ਘੱਟ ਹੁੰਦਾ ਹੀ ਆ ਇਹ 80% ਜਿਹੜੇ ਆਪਣੇ ਬੰਦੇ ਆ ਤਾਂ ਉਹਨਾਂ ਦਾ ਇਹਦੇ ਤੋਂ ਤਕਰੀਬਨ ਘੱਟ ਹੁੰਦਾ ਹੀ ਆ ਤੇ ਜਿਵੇਂ ਤੁਸੀਂ ਇਹ ਲੇਡੀਜ਼ ਦੇ ਲਈ ਆ ਸਿਰਫ ਲੇਡੀਜ਼ ਹੀ ਇਹ ਬੋਨਸ ਨੂੰ ਲੈ ਸਕਦੀਆਂ ਜਿਵੇਂ ਜਿਹੜੀ ਫੈਮਿਲੀ ਆ ਤੇ ਤੁਹਾਡੇ ਬੱਚੇ ਹੈਗੇ ਆ ਤੁਹਾਡੇ ਇਜ਼ੇ ਤੇ ਡਿਪੈਂਡ ਕਰੂਗਾ ਹੀ ਉਹਨਾਂ ਨੂੰ ਜਿਵੇਂ ਪੈਸੇ ਵੱਧ ਮਿਲਣਗੇ ਥੋੜੇ ਜਿ ਜੇ ਤੁਹਾਡੇ ਨਹੀਂ ਬੱਚੇ ਹੈਗੇ ਤੇ ਬੱਚੇ ਕਰੀਕਾ ਨਹੀਂ ਹੈਗੇ ਤੁਹਾਡੇ ਨਾਲ ਤਾਂ ਉਹਨਾਂ ਨੂੰ ਥੋੜੇ ਜਿ ਘੱਟ ਮਿਲਣਗੇ ਵੀ 500 ਐਰੋ ਤੋਂ ਲੈ ਕੇ 1050 ਐਰੋ ਤੱਕ ਤੁਹਾਨੂੰ ਇਹ ਬੋਨਸ ਮਿਲੇਗਾ ਤੇ ਇਹਦੇ ਬਾਰੇ ਤੁਸੀਂ ਜਿਹੜੀ ਜਾਣਕਾਰੀ ਆਈ ਪੂਰੀ ਐਮਸ ਜਾਂ ਫਿਰ ਕਾਫ ਵਾਲਿਆਂ ਤੋਂ ਜਿਹੜੀ ਪੂਰੀ ਜਾਣਕਾਰੀ ਲੈ ਸਕਦੇ ਆ ਤੇ ਇਹ ਜਿਹੜੀ ਖਬਰ ਆਈ ਇਹਦਾ ਖਬਰ ਦਾ ਲਿੰਕ ਹੀ ਆਪਾਂ ਤੁਹਾਨੂੰ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਉੱਥੇ ਜਾ ਕੇ ਤੁਸੀਂ ਕਲਿੱਕ ਕਰਕੇ ਹੀ ਇਹ ਜਿਹੜੀ ਪੂਰੀ ਜਾਣਕਾਰੀ ਆਈ ਇਹ ਲੈ ਸਕਦੇ ਆ ਤੇ ਹੁਣ ਇਸ ਤੋਂ ਬਾਅਦ ਚੱਲਦੇ ਆਂ ਜੀ ਨੈਕਸਟ ਅਪਡੇਟ ਵੱਲ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇ ਦੇਈ ਹੈ ਜਿਵੇਂ ਯੂਕੇ ਤੇ ਹੋਰ ਜੜੀਆਂ ਕੁਝ ਕੰਟਰੀਆਂ ਯੂਰਪ ਦੀਆਂ ਤੇ ਅੱਜ ਉਹਨਾਂ ਦੇ ਵਿੱਚ ਕਿੰਨੇ ਕੇਸ ਐਂਟਰ ਕੀਤੇ ਗਏ ਆ ਵੀ ਕਿੰਨੇ ਅੱਜ ਲੋਕਾਂ ਦੀ ਡੈਥ ਹੋਈ ਆ ਤੇ ਕਿੰਨੇ ਨਿਊ ਕੇਸ ਐਂਟਰ ਹੋਏ ਆ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਆ ਤੇ ਯੂਕੇ ਦੀ ਗੱਲ ਕਰੀਏ ਤੇ ਯੂਕੇ ਦੇ ਵਿੱਚ ਅੱਜ ਹੀ 5605 ਨਿਊ ਕੇਸ ਜਿਹੜੇ ਹੈਗੇ ਆ ਯੂਹੋ ਐਂਟਰ ਹੋਏ ਆ ਤੇ ਜਿਹੜੀ ਉਹਦੇ ਡੈਥ ਹੋਈ ਹੈ ਇਹ ਉਹ 98 ਲੋਕਾਂ ਦੀ ਡੈਥ ਹੋਈ ਆ ਤੇ ਹੁਣ ਤੱਕ ਯੂਕੇ ਦੇ ਵਿੱਚ ਹੀ 126382 ਬੰਦੇ ਦੀ ਡੈਥ ਹੋ ਚੁੱਕੀ ਆ ਇਸ ਤੋਂ ਬਾਅਦ ਹੀ ਗੱਲ ਕਰੀਏ ਆਪਾਂ ਬੈਲਜੀਅਮ ਦੀ ਤੇ ਬੈਲਜੀਅਮ ਦੇ ਵਿੱਚ ਜਿਹੜੇ ਨਿਊ ਕੇਸ ਆਏ ਆ ਹੀ ਅੱਜ ਤਾਂ ਬੈਲਜੀਅਮ ਦੇ ਵਿੱਚ 3537 ਅੱਜ ਨਿਊ ਕੇਸ ਐਂਟਰ ਹੋਏ ਆ ਤੇ ਇੱਥੇ ਜਿਹੜੀ ਲੋਕਾਂ ਦੀ ਡੈਥ ਹੋਈ ਹੈ 35 ਲੋਕਾਂ ਦੀ ਡੈਥ ਹੋਈ ਹੈ ਤੇ ਹੁਣ ਤੱਕ ਹੀ 22522763 ਬੰਦੇ ਦੀ ਡੈਥ ਹੋ ਚੁੱਕੀ ਹੈ ਪੁਰਤਗਾਲ ਦੀ ਅਪਡੇਟ ਤੁਹਾਨੂੰ ਦਈ ਹੈ ਪੁਰਤਗਾਲ ਦੇ ਵਿੱਚ ਜਿਹੜੀ ਹੁਣ ਸਿਚੁਏਸ਼ਨ ਆਈ ਕਾਫੀ ਜ਼ਿਆਦਾ ਠੀਕ ਹੋ ਚੁੱਕੀ ਆ ਸਿਰਫ ਹੀ ਹੁਣ ਤੱਕ 575 ਨਿਊ ਕੇਸ ਐਂਟਰ ਹੋਏ ਆ ਤੇ ਜਿਹੜੀ 11 ਲੋਕਾਂ ਦੀ ਹੀ ਡੈਥ ਸ਼ੋ ਹੋ ਰਹੀ ਆ ਤੇ ਹੁਣ ਤੱਕ ਜਿਹੜੀ ਪੁਰਤਗਾਲ ਦੇ ਵਿੱਚ ਡੈਥ ਹੋਈ ਹੈ 16805 ਬੰਦੇ ਦੀ ਡੈਥ ਹੋਈ ਆ ਤੇ ਆਪਣੀ ਜਿਹੜੀ ਅਪਡੇਟ ਸੀਗੀ ਅੱਜ ਦੀ ਉਹ ਇੰਨੀ ਕੁ ਸੀਗੀ ਤੇ ਮਿਲਦੇ ਆਂ ਹੀ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਹੋਰ ਅਪਡੇਟ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਜਿਹੜੀਆਂ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ